हाँ जी, गुड मॉर्निंग सारे। एंड होप्स सारे वधिया होंगे। तो कुछ गल्लां करनियां सी अज, मैं कहा चलो वीडियो बना ली जाए तो कोई सलाह ली जाए। तो एक तो अपने चैनल का आपां नाम चेंज करना वा, जिहड़ा कि सीके इंस्पिरेशन थोड़ा जिहा औखा लगता सी। के वर्ड ठीक है, इंस्पिरेशन वर्ड आ, कई जो बंदे नूं नहीं लिखना आउंदा वा, जिहड़े पुछदे आ राह च जांदे नूं, है ना, तो वह थोड़ा जिहा औखा लगता। मैं कहा चलो भी सारिआं तों सलाह ली जाए, भी चेंज कर दिता जाए। मैं सोचा सीगा भी मैं करदा मस्ताने ब्लॉग्स, क्योंकि अपने ब्लॉग्स थोड़े जिहे नॉर्मल होंगे ने, यानी कि हाई फाई नहीं होंगे, तो करके मैं चलो भी पूछ लिया जाए भी चैनल का नाम की रखा जाए। तो दूजी गल, एक आप फोन का अपने का कोरीयर लेना सी, तो फोन बाय किया नवा, तो दस दें कि वह तो फिर हूँ जो अनबॉक्स करा लग जूगा पता। तो वो अज आना परसों किया, क्योंकि आह फोन जो हूँ मेरा काफ़ी पुराना हो गया, 4 साल हो गए इन ले, थोड़ा हैंग कर लग गया। तो हूँ देख लिया नवा बाय किया वा, की कंडीशन आ किमें होगा देखद हूँ, दस दें कि कंपनी का किया वा। मिलते हैं अगे जाके, बहर बहुत मीह पैंता पा, शॉप से जाने कपड़े थोड़े जे दुकान वाले ने, मिलते हैं अगे जाके। गुस्सा ऐ तो नहीं गुस्से हों, चलिए घूम घूम बहुत शेर आए राजगी साड़ी सारी 2 मिनटा जी दूर हो जाती है। ओए हूँ घूम का बहुत शौकीन, गेड़ा गुड़ा कढ़ गया होगा घूम के, फिर इन्हें एन पूरा वधिया हसन खेडन लग जाना वा, नहीं तो इन्हें सारी दिहाड़ी मैनू बुलाना नहीं, सैर सिट्टी पै रहना सी। चल आ जा, होर गलां दी गलां। बाकी जी नसल आ कुत्तियां दी बहुत वधिया वा, जिवें कह दईए भी राखी तां करदे ही करदे, इक हुण सोहणे बहुत हुंदे ने। काफ़ी जणा ने मैनू पुछिआ कहिंदे कित्थों लिआंदा की प्राइज़ वगैरह वा, ते बस इही आ भी थोड़ा तंग करदा रात नूं जदों कितें कह दईए भी ਭੌਂਕਦਾ ਬਹੁਤ ਜ਼ਿਆਦਾ ਵਾ। ਜੇ ਲੱਗ ਜਾਵੇ ਵੈਸੇ ਤਾਂ ਇੰਨਾ, ਚਲੋ ਕੁੱਤਿਆਂ ਦਾ ਭੌਂਕਣੇ ਹੁੰਦਾ ਵਾ, ਨੋਰਮਲੀ ਭੌਂਕਦਾ ਰਹਿੰਦੇ ਨੇ, ਪਰ ਇਹ ਜੇ ਲੱਗ ਜਾਵੇ ਤਾਂ ਰਾਤ ਲੱਗਿਆ, ਇਹ 3 ਵਜੇ ਭੌਂਕਣ ਲੱਗ ਗਿਆ, ਪੂਰੇ 5 ਵਜੇ ਹਟਿਆ, ਬਸ ਮੀਂਹ ਪੈਂਦਾ ਸੀ, ਬਿਜਲੀ ਤੋਂ ਡਰਦਾ ਸੀ ਰਾਤ, ਇਹ ਤਾਂ ਕਰਕੇ ਭੌਂਕਣ ਲੱਗਾ ਸੀਗਾ। ਬਾਕੀ ਹੁਣ ਖੁਸ਼ ਆ। ਓਏ ਜਿੰਨੇ ਵੱਡੇ ਵੱਡੇ ਬਲੌਗਰ ਨੇ ਸਾਰੇ ਕਹਿਣਗੇ ਗੱਡੀ ਸੈਲਫ ਮਾਰਤੀ, ਹੁਣ ਅਸੀਂ ਐਂ ਕਰਨ ਲੱਗੇ ਹਾਂ, ਆਪਾਂ ਕਹਾਂਗੇ ਅਸੀਂ ਮੋਟਰਸਾਈਕਲ ਦੀ ਇੱਕ ਮਾਰੀ ਅਤੇ ਚੱਲਿਆ ਹੁਣ। ਬਾਕੀ ਮੇਰਾ ਤਾਂ ਫੇਵਰੇਟ ਮੋਟਰਸਾਈਕਲ ਆ ਆਹੀ ਲਿਆ ਵਾ, ਕਿਉਂਕਿ ਅੱਧੀ ਕਿੱਕ 'ਤੇ ਸਟਾਰਟ ਮੇਰਾ ਜਾਮਾ ਨਹੀਂ, ਹੋਰ ਦੱਸ ਕੀ ਭਾਲਦੀ, ਸਾਡਾ ਤਾਂ ਐਸ ਐਸ ਆ ਬਈ, ਉਹ ਵੀ ਅੱਧੀ ਕਿੱਕ 'ਤੇ ਸਟਾਰਟ, ਮੀਂਹ ਫੇਰ ਸ਼ੁਰੂ ਹੋ ਗਿਆ, ਹੁਣ ਪੰਗਾ ਹੋ ਗਿਆ, ਫੋਨ ਸਿੱਟ ਆਇਆ ਬਾਬਾ ਸਾਡਾ, ਤੇ ਹੁਣ ਜੀਮੇਲ ਲਿਖੀ ਫਿਰਦਾ ਵਾ, ਦੇਖੋ ਜੇ ਚੱਲ ਵੀ ਤਾਂ ਠੀਕ ਆ, 2-4 ਜੀਮੇਲਾਂ ਲਿਖੀਆਂ ਹੋਈਆਂ ਨੇ, ਜਿਹੜੀ ਚੱਲ ਗਈ ਉਹ ਭਰ ਦਾਂਗੇ, ਦੇਖੋ ਮਿਲਦਾ ਕਿ ਨਹੀਂ। ਮੀਂਹ ਪਈ ਜਾਂਦਾ ਫੁੱਲ, ਤੇ ਮੈਂ ਕੀਫਾ ਤੇ ਬਾਂਟੀ ਲੱਭਣ ਚੱਲਿਆ ਬਾਬੇ ਦਾ, ਕਿਉਂਕਿ ਉਹ ਬੰਦਾ ਥੋੜਾ ਜਿਹਾ ਘਰੋਂ ਵੀ ਮਸਤਾਨਾ ਵਾ ਜ਼ਿਆਦਾ, ਉਹ ਯਾਰ ਦੂਜੇ ਨੰਬਰ ਵਾਲਾ ਕੀਪੇ ਫੋਨ ਦੇ, ਅਸੀਂ ਫੋਨ ਲੱਭਣ ਚੱਲਿਆ, ਨਹੀਂ ਤਾਂ ਸਾਨੂੰ ਮੀਂਹ 'ਚ ਲੋੜ ਨਹੀਂ ਸੀ। ਫੋਨ ਦੀ ਰੈਂਕ ਤਾਂ ਜਾਂਦੀ ਪਈ ਆ, ਬਟ ਫੋਨ ਇਹ ਨਹੀਂ ਪਤਾ ਵੀ ਹੈ ਕਿੱਥੇ ਕਿਹੜਾ, ਬਾਹਰਲੀ ਸਾਈਡ ਹੀ ਰੱਖ ਲਾ, ਕੋਈ ਰੋਂਗ ਸਾਈਡ ਕੁਛ ਨਹੀਂ ਹੁੰਦਾ ਗਾ, ਤੂੰ ਇੱਧਰ ਹੀ ਕਿਤੇ ਨਾ ਕਿਤੇ ਪਿਆ ਹੋਣਾ ਜਿਹੜੇ ਗਿਆ ਹੋਊਗਾ, ਇੱਥੇ ਲੱਭਣ ਲੱਗਿਆ ਫੋਨ ਵੀ, ਕੀ ਪਤਾ ਘਾਹ ਘੂਹ 'ਚ ਸੱਟ ਗਿਆ ਬਾਬਾ, ਬਾਂਟੀ ਉੱਧਰ ਲੱਭਣ ਲੱਗਾ ਹੋਇਆ ਵਾ, ਕੀਪਾ ਮੇਰੇ ਪਿੱਛੇ ਪਿੱਛੇ ਆਉਂਦਾ ਦੇਖਣ ਲੱਗਾ, ਰਿੰਗ ਲਾਈ ਆ ਵੱਜਦੀ ਆ, ਬਟ ਫੋਨ ਦਾ ਤਾਂ ਨਹੀਂ ਪਤਾ ਲੱਗਦਾ, ਹੌਲੀ ਹੌਲੀ ਜਾ ਰਿਹਾ, ਆਹ ਰਾਤ ਹੀ ਲੱਭਣਾ ਮੈਂ, ਜੇ ਲੱਭਿਆ ਨਹੀਂ ਤਾਂ ਬਾਕੀ ਰਾਹ ਤਾਂ ਸਾਰਾ ਪਲੇਨ ਆ, ਉੱਥੇ ਤਾਂ ਚੱਕ ਲਿਆ ਹੋਣਾ, ਕਿਉਂਕਿ ਇੱਧਰ ਸਾਈਡ 'ਤੇ ਨਾ ਬਈਏ ਬਹੁਤ ਕੰਮ ਕਰਦੇ ਨੇ, ਆਉਂਦੇ ਜਾਂਦੇ ਰਹਿੰਦੇ ਨੇ, ਉਹ ਲੱਭ ਗਏ, ਮੈਂ ਕਹਿੰਦਾ ਜਾਂ ਉਹਨਾਂ ਨੂੰ ਲੱਭ ਗਿਆ ਹੋਣਾ, ਜੇ ਲੱਭ ਗਿਆ ਹੁੰਦਾ ਫਿਲਹਾਲ ਤਾਂ ਬੰਦ ਹੋ ਜਾਣਾ ਸੀ ਹੁਣ ਤੱਕ ਤਾਂ, ਅਤੇ ਲੱਭੇ ਨਹੀਂ ਤਾਂ ਫਿਰ ਔਖਾ ਵਾ, ਹੁਣ ਕੀ ਕਹਿ ਸਕਦੇ ਹਾਂ ਵੀ ਫੋਨ, ਕਿਉਂਕਿ ਜੁੜਦੀਆਂ ਚੀਜ਼ਾਂ ਬਹੁਤ ਔਖੀਆਂ ਨੇ, ਬਾਬਾ ਤਾਂ ਵਿਚਾਰਾ ਪਹਿਲਾਂ ਹੀ ਘਰੋਂ ਮਸਤਾਨਾ ਵਾ, ਇਹ ਤਾਂ 6 ਮਹੀਨਿਆਂ ਬਾਅਦ ਸੰਕਟ ਆਇਆ ਰਹਿੰਦਾ, ਕਦੇ ਤਾਂ ਮੋਟਰਸਾਈਕਲ ਟੁੱਟ ਗਿਆ, ਕਦੇ ਬਾਬੇ ਦਾ ਐਕਸੀਡੈਂਟ ਹੋ ਗਿਆ, ਕਦੇ ਕੁਛ ਹੋ ਗਿਆ, ਕਦੇ ਕੁਛ, ਅੱਜ ਬਾਂਟੀ ਕਹਿੰਦਾ ਬਾਬੇ ਨਾਲ ਐਟਮ ਲੱਗ ਗਈ, ਮੈਂ ਕੀ ਹੋ ਗਿਆ, ਕਹਿੰਦਾ ਇਹ ਫੋਨ ਸਿੱਟ ਆਇਆ ਸਵੇਰੇ ਸਵੇਰੇ, ਮੈਂ ਚਲੋ ਆਪਾਂ ਲੱਭ ਲੈਂਦੇ ਜੇ ਕਿਤੇ ਭਲਾ ਹੋ ਜਾਵੇ ਤਾਂ, ਵਧੀਆ ਚੀਜ਼ ਡਿੱਗਿਆ ਸੀਗਾ ਬਾਬਾ, ਜਿਹੜਾ ਮਹਿੰਦਰ ਸਿੰਘ ਇੱਥੇ ਕੰਮ ਕਰ ਆਉਂਦੇ ਨੇ, ਹੈ ਨਾ, ਸੇਵਾ 'ਤੇ ਦੇਖ ਗਏ ਜੀ, ਨਹੀਂ ਮਿਲਿਆ, ਅੰਦਰੋਂ ਤਾਂ ਬਾਬਾ ਕਹਿੰਦਾ ਜੀ ਸਾਰੇ ਦੇਖ ਗਏ ਫੋਨ, ਅੰਦਰ ਤਾਂ ਹੈ ਨਹੀਂ ਗਾ ਕਿਤੇ, ਇੱਧਰ ਤਾਂ ਨਹੀਂ ਗੇੜਾ ਮਾਰਿਆ ਸੀਗਾ ਘਾਹ 'ਚ ਬਾਬਾ ਜੀ ਕਿਤੇ ਉਹਨਾਂ ਨੇ, ਆ ਸੜਕ 'ਤੇ ਹੀ ਹੈ ਕੰਮ ਉਹਦਾ,
ਦੇਖ ਲਾ ਜਾ ਕੇ ਬੰਟੀ ਜੇ ਸਾਊਂਡ ਵਾਲੇ ਚ ਕਿਤੇ ਰੱਖ ਰੁੱਖ ਕੇ ਨਾ ਭੁੱਲ ਗਿਆ ਹੋਵੇ ਉਹਨੂੰ ਪਤਾ ਘੱਟ ਲੱਗਦਾ ਮੈਨੂੰ ਤਾਂ ਲੱਗਦਾ ਬਾਬੇ ਨੂੰ ਯਾਰ। ਚਲੋ ਫੋਨ ਤਾਂ ਡਿੱਗਿਆ ਲੱਭਣ ਆਇਆ, ਬਾਕੀ ਮੈਂ ਤੁਹਾਨੂੰ ਐਕਸਪੀਰੀਅੰਸ ਦੱਸਦਾ ਆਪਦੀ ਜ਼ਿੰਦਗੀ ਦਾ। ਮੈਂ ਸਭ ਤੋਂ ਪਹਿਲੀ ਵਾਰੀ ਆਇਆ ਜੇ ਸਤਸੰਗ ਘਰੇ, ਮੈਂ ਕਦੇ ਆਇਆ ਨਹੀਂ ਹੈਗਾ। ਚਲੋ ਆਪਾਂ ਨੂੰ ਉਹ ਨਹੀਂ ਹੈਗਾ ਵੀ ਨਹੀਂ ਆਉਣਾ ਗਾ, ਕਦੇ ਸਵਾਬ ਵੀ ਨਹੀਂ ਬਣਿਆਗਾ। ਅੱਜ ਆਇਆ, ਸਫਾਈ ਬਹੁਤ ਹੁੰਦੀ ਹੈ ਇੱਥੇ, ਹੋਰ ਗੱਲਾਂ ਦੀਆਂ ਗੱਲਾਂ। ਬਾਕੀ ਸੋਹਣਾ ਵਧੀਆ ਬਣਾਇਆ ਹੋਇਆ ਵਾ, ਸਫਾਈ ਇੰਨੀ ਕੁ ਜ਼ਿਆਦਾ ਵਾ, ਸਾਰਾ ਕੁਛ ਐਨ ਕਲੀਅਰ ਆ। ਆ ਪਿੱਛੇ ਸੜਕ ਜਾਂਦੀ ਇਹ ਵੀ ਕਲੀਅਰ ਆ ਕਿ ਹੁਣ ਅੰਦਰ ਇੱਕ ਸਾਊਂਡ ਵਾਲਾ ਕਮਰਾ ਰਹਿ ਗਿਆ, ਉਹ ਚੈੱਕ ਕਰਾਂਗੇ। ਜੇ ਉਹਦੇ ਵਿੱਚ ਪਿਆ ਹੋਇਆ ਤਾਂ ਠੀਕ ਆ, ਨਹੀਂ ਤਾਂ ਫਿਰ ਦੇਖੋ ਜੇ ਕਿਸਮਤ 'ਚ ਹੋਇਆ ਤਾਂ ਮਿਲ ਜੂ, ਨਹੀਂ ਤਾਂ ਫਿਰ ਠੀਕ ਆ, ਭੁੱਲ ਜਾਓ। ਹੁਣ ਹੋਰ ਤਾਂ ਕੀ ਕਹਿ ਸਕਦੇ ਹਾਂ। ਫੋਨ ਤਾਂ ਬਈ ਦੁੱਖ ਬੰਦੇ ਨੂੰ, ਮੈਨੂੰ ਵੀ ਪਤਾ ਵਾ ਕਿਉਂਕਿ ਜਦੋਂ ਮੈਂ ਪੜ੍ਹਦਾ ਹੁੰਦਾ ਸੀਗਾ, ਗ੍ਰੈਜੂਏਸ਼ਨ ਕਰਦਾ ਸੀ, ਉਦੋਂ ਮੈਂ ਉੱਥੇ ਗਏ ਸਰਹੰਦ ਫਤਿਹਗੜ੍ਹ ਸਾਹਿਬ ਖੇਡਣ ਗਏ, ਅਤੇ ਮੇਰੇ ਕੋਲ 4S ਸੀਗਾ, ਮੈਨੂੰ ਘਰ ਦਿਆਂ ਨੇ ਬੜਾ ਔਖਾ ਹੋ ਕੇ ਲੈ ਕੇ ਦਿੱਤਾ। ਮੈਂ ਕੀ ਕੀਤਾ ਨਾ, ਹੈੱਡਫੋਨ ਲਾਏ, ਉਦੋਂ ਐਂ ਹੁੰਦਾ ਸੀ ਵੀ ਆਈਫੋਨ ਸੀਗਾ ਉਦੋਂ, ਹੈ ਨਾ, ਹੈੱਡਫੋਨ ਲਾਏ ਅਤੇ ਛਾਤੀ 'ਤੇ ਰੱਖ ਕੇ ਪੈ ਗਿਆ। ਹੈੱਡਫੋਨ ਲੱਗੇ ਰਹਿ ਗਏ ਕੰਨਾਂ 'ਚ, ਰਾਤ ਨੂੰ ਫੋਨ ਲਾ ਕੇ ਲੈ ਗਏ ਕੋਈ, ਉਹਦੇ ਚੱਕਰ 'ਚ ਵੀ ਹਾਂ ਮੈਨੂੰ ਪਤਾ ਵਾ ਕੀ ਫੀਲ ਹੁੰਦਾ। ਹੋਰ ਗੱਲਾਂ ਦੀਆਂ ਗੱਲਾਂ, ਫੋਨ ਤਾਂ ਸਾਨੂੰ ਲੱਭਿਆ ਨਹੀਂ, ਵਿਊ ਤੁਸੀਂ ਦੇਖ ਸਕਦੇ ਹੋ, ਵਿਊ ਚੈੱਕ ਕਰੋ ਅੱਜ ਮੀਂਹ ਪੈਣ ਤੋਂ ਬਾਅਦ ਦਾ। ਇਹ ਵਿਊ ਬਹੁਤ ਘੈਂਟ ਆ, ਬੱਦਲ ਐਨ ਪੂਰੇ ਨੀਲੇ ਨੀਲੇ ਆ। ਬਾਕੀ ਹੁਣ ਅਸੀਂ ਫਿਰ ਐਨ ਨੂੰ ਤੁਰੇ ਜਾਂਦੇ ਹਾਂ, ਫੋਨ ਨਹੀਂ ਸਾਨੂੰ ਮਿਲਿਆ। ਅੰਦਰ ਚੈੱਕ ਕਰ ਆਉਂਦਾ ਵਾ ਜਿੱਥੇ ਬਾਬਾ ਜੀ ਕੰਮ ਕਰਦੇ ਹੁੰਦੇ ਨੇ, ਬਹਿੰਦੇ ਨੇ ਜਾ ਕੇ ਸਾਊਂਡ ਸਿਸਟਮ ਦੇ ਵਿੱਚ, ਬਾਬਾ ਜੀ ਡਿਊਟੀ ਆ, ਅਤੇ ਉੱਥੇ ਵੀ ਨਹੀਂ ਹੈਗਾ ਫੋਨ, ਸਾਊਂਡ ਸਿਸਟਮ ਵਾਲੇ 'ਚ ਵੀ ਨਹੀਂ ਹੈਗਾ, ਰਿੰਗ ਜਾਂਦੀ ਆ, ਵੱਜਦਾ ਨਹੀਂ ਪਿਆ ਹੈਗਾ, ਕਿਤੇ ਨਾ ਕਿਤੇ ਘਾਹ ਘੂਚੀ ਸੈੱਟ ਵਾ। ਹੁਣ ਤਾਂ ਬਈ ਰੱਬ ਹੀ ਰਾਖਾ ਵਾ, ਆਪਣਾ ਫਰਜ਼ ਸੀਗਾ, ਅਸੀਂ ਚਲੋ ਦੇਖ ਆਏ ਹਾਂ ਅੰਦਰ ਤੱਕ, ਤੈਨ ਪੂਰਾ ਜਿਸ ਤੱਕ ਬਹਿੰਦਾ ਉੜਦਾ ਸੀਗਾ, ਲੱਭਿਆ ਨਹੀਂ ਹੈਗਾ। ਅਤੇ ਜਾਂਦੇ ਹਾਂ ਬਸ ਵਾਪਸ ਦੁਕਾਨ 'ਤੇ, ਹੁਣ ਜਾ ਕੇ ਦੇ ਦਿੰਦੇ ਹਾਂ ਬਾਬੇ ਨੂੰ ਅਸੀਂ ਵੀ ਖੁਸ਼ਖਬਰੀ। ਘਰੇ ਪਹੁੰਚ ਗਿਆ ਹੁਣ ਜੀ, ਅਤੇ ਫੋਨ ਤਾਂ ਨਹੀਂ ਸਾਨੂੰ ਲੱਭਿਆ, ਕੀਪਾ ਵੀ ਬੈਠਾ ਵਿਚਾਰਾ ਮੇਰੇ ਨਾਲ, ਇਹ ਵੀ ਚਲੇ ਗਿਆ, ਮੈਨੂੰ ਕਹਿੰਦਾ ਚੱਲ ਮੈਂ ਵੀ ਲਵਾ ਦਿੰਦਾ ਹਾਂ। ਬਸ ਹੋ ਗਈ, ਪਰ ਸਾਨੂੰ ਫੋਨ ਨਹੀਂ ਲੱਭਿਆ। ਅੱਜ ਹੈਗਾ ਵੀ ਵੀਰਵਾਰ, ਅੱਜ ਸਾਰੇ ਫੈਕਟਰੀ ਵਾਲੇ ਭਾਈਆਂ ਨੇ ਛੁੱਟੀ ਆ, ਜੇ ਤਾਂ ਲੱਭ ਗਿਆ 2 ਵਜੇ ਤੋਂ ਪਹਿਲਾਂ ਤਾਂ ਲੱਭ ਗਿਆ, ਨਹੀਂ ਤਾਂ ਫਿਰ ਬਾਬੇ ਦਾ ਫੋਨ ਸੰਕਟ ਜਾ, ਉਹ ਨਹੀਂ ਲੱਭ ਸਕਦਾ ਨਾ। ਕੁਛ ਨਹੀਂ ਕਹਿ ਸਕਦੇ, ਪਾਣੀ ਪੀਂਦੇ ਹਾਂ, ਥੋੜ੍ਹੀ ਚਾਹ ਪੀਵਾਂਗੇ, ਚਾਹ ਪੀਣ ਨੂੰ ਜੀ ਕਰਦਾ ਥੱਕ ਗਿਆ, ਅਤੇ ਚੱਲਦਾ ਦੁਕਾਨ 'ਤੇ ਜਾ ਕੇ ਕੋਰੀਅਰ ਲੈਣਾ ਵਾ ਆਪਣੇ ਵਾਲੇ ਫੋਨ ਦਾ, ਫੜਾ ਗਿਆ ਵੈਸੇ ਤਾਂ ਕੋਰੀਅਰ, ਅਨਬੋਕਸ ਕਰਾਂਗੇ ਹੁਣ ਜਾ ਕੇ, ਅਤੇ ਦੇਖਦੇ ਹਾਂ ਕਿਹੋ ਜਿਹਾ ਫੋਨ ਨਿਕਲਦਾ ਵਾ, ਅਤੇ ਦੱਸਦੇ ਹਾਂ ਕਿਹੜੀ ਕੰਪਨੀ ਦਾ ਲਿਆ, ਜਾ ਕੇ ਦੇਖ ਲਿਓ ਆਪ ਹੀ। ਚੋਰ ਫੜੇ ਨੇ ਬਾਬੇ ਮਰੂਦ ਤੋੜਦੇ, ਹਾਂ ਚੋਰੋ ਆ ਫੜ ਲਫਾ, ਕਾਫੀ ਪੱਕ ਗਏ ਇਹਦੇ, ਮਿਲਣ ਵਾਲਾ ਸੁੰਡੀਆਂ ਪੈ ਗਈਆਂ ਇਹਨਾਂ 'ਚ, ਲਾਲ ਨੇ ਇਹ, ਲਾਲ ਨੇ ਉਹਨਾਂ ਸੁੰਡੀ ਵਾਲਾ ਮਰੂਦ ਖਾ ਗਿਆ। ਗਿਆਨੀ ਦਿਖਾ ਕਿੱਥੇ ਸੁੰਡੀ, ਗਿਆਨੀ ਆ ਗਿਆ ਉਹਦੇ ਸੁੰਡੀ ਆ, ਉਵੇਂ ਝੰਬੀ ਜਾਂਦਾ ਆਪਣਾ ਸੁੰਡੀ ਵਾਲਾ ਮਰੂਦ ਖਾ ਗਿਆ। ਹਾਏ ਵੇ ਸਰਵੇ ਹੁੰਦਾ ਅਮਰੂਦਾਂ, ਕਿੰਨੇ ਅਮਰੂਦਾਂ ਸੁੰਡੀਆਂ ਨਿਕਲੀਆਂ ਨੀ, ਆਪਣਾ ਖਾ ਗਿਆ ਦੋ ਅਮਰੂਦ, ਆਪਣਾ 10 ਅਮਰੂਦ ਖਾ ਗਿਆ ਸੁੰਡੀਆਂ ਵਾਲੇ, ਤਕਰੀਬਨ ਸਾਰੇ ਅਮਰੂਦਾਂ ਨੂੰ ਸੁੰਡੀਆਂ ਪੈ ਗਈਆਂ, ਜਿੰਨਿਆਂ ਨੂੰ ਖਾ ਗਿਆ ਆਪਣੇ। ਆ ਲੈ ਆਹ ਵੀ ਫੜ, ਇੱਕ ਪਾਸਾ ਤੋੜ ਕੇ ਦੇ, ਮੀਂਹ ਪੈਣ ਤੋਂ ਬਾਅਦ ਬੱਦਲਾਂ ਦਾ ਵਿਊ ਕਿੰਨਾ ਹੀ ਸੋਹਣਾ ਹੋ ਗਿਆ, ਅਤੇ ਪੂਰੇ ਐਨ ਕਲੀਅਰ ਹੋ ਗਏ ਨੇ। ਟਾਈਮ ਹੋ ਗਿਆ ਹੁਣ ਇਹਨੂੰ ਗੇੜਾ ਕਢਾਉਣ ਦਾ, ਸ਼ਾਮ ਨੂੰ ਨਾ ਗੇੜਾ ਕਢਾਈਏ ਤਾਂ ਸਾਰਾ। ਹਾਂਜੀ, ਅਤੇ ਮੇਨ ਡਿਊਟੀ ਆ ਜਿਹੜੀ, ਪਹਿਲਾਂ ਇਹਨੂੰ ਗੇੜਾ ਕਢਾਉਣਾ, ਉਹ ਨਿਭਾ ਲਈਏ, ਫਿਰ ਕਰਾਂਗੇ ਸਾਰੇ ਕੰਮ। ਅੱਜ ਸਿਮਰਨ ਨੂੰ ਵੀ ਮਿਲਣਾ ਵਾ, ਕਾਫੀ ਟਾਈਮ ਹੋ ਗਿਆ ਉਹਨੂੰ ਮਿਲੇ ਨੂੰ, 2-3 ਦਿਨ ਹੋ ਗਏ ਉਹਦੀ ਕਾਲ ਆਈ, ਕਹਿੰਦਾ ਵੀਰੇ ਕਿੱਥੇ ਆ, ਅਤੇ ਕੱਲ੍ਹ ਆਈ ਸੀ ਸ਼ਾਮ ਨੂੰ, ਕੱਲ੍ਹ ਮੈਂ ਕਿਤੇ ਗਿਆ ਨਹੀਂ ਹੈਗਾ, ਘਰੋਂ ਨਿਕਲਿਆ ਨੀਗਾ, ਅਤੇ ਹੁਣ ਜਾਵਾਂਗੇ ਅਤੇ ਗਰਾਊਂਡ ਵਗੈਰਾ ਵੀ ਜਾਵਾਂਗੇ, ਖੇਡਾਂਗੇ ਵੀ। ਅਤੇ ਆਓ ਆ ਗਿਆ ਚੋਬਰ, ਹਾਂ ਕਿਵੇਂ ਆ, ਠੀਕ ਆ, ਕਿੱਧਰ ਨੂੰ ਜਾਣਾ, ਇਹਦਾ ਹੋਰ ਕਿਤੇ ਨਹੀਂ ਜਾਂਦਾ, ਬਸ ਇਹਨੇ ਕਹਿਣਾ ਹਾਂਜੀ ਕਿੱਥੇ ਜਾਣਾ, ਛੱਪੜ ਦਾ ਪਾਣੀ ਸਾਰੇ
ਕਹਿ ਨਹੀਂ ਸਕਦੇ ਵੀ ਜਾਣੀ ਕਿ ਸਾਡੇ ਵਾਲੀ ਹੰਬੜਾਂ ਦੀ ਲੇਕ ਦਾ ਪਾਣੀ ਆਇਆ ਸਾਰਾ ਐਨੂੰ ਆਇਆ ਹੋਇਆ ਜਿਹੜਾ ਅਤੇ ਇੱਧਰ ਝੋਨਾ ਸਾਰਾ ਭਰਿਆ ਹੀ ਪਿਆ ਪਾਣੀ ਦਾ। ਹਾਂਜੀ ਫਾਈਨਲੀ ਪਹੁੰਚ ਗਏ ਸਤਲੁਜ 'ਤੇ ਅਤੇ ਬੇੜੀ ਚੱਲੀ ਆ ਉੱਧਰ ਲੈ ਕੇ ਮੋਟਰਸਾਈਕਲ ਅਤੇ ਸਿਮਰਨ ਕਹਿੰਦਾ ਕਿੱਥੇ ਖੜਾਉਣਗੇ ਜਾ ਕੇ ਉਹ ਸਾਹਮਣੇ ਤੰਬੂ ਦੀਦਾ ਨਾ ਜਿਹੜਾ ਉਹ ਤੰਬੂ ਤੋਂ ਗਾਂਹ ਜਾ ਕੇ ਉਹਨਾਂ ਨੇ ਬੇੜੀ ਪਰੇ ਕਰਕੇ ਅਤੇ ਮੋਟਰਸਾਈਕਲ ਲਾ ਲੈਣੇ ਉਹਨਾਂ ਨੇ ਅਤੇ ਪਿੱਛੇ ਦਾ ਵਿਊ ਬਹੁਤ ਸੋਹਣਾ ਵਾ ਸਾਡੇ ਦਾ ਇਹ ਹੁਣ ਤਾਂ ਦਿਖਣਾ ਨਹੀਂ ਕਿਉਂਕਿ ਇਹ ਆ ਇਹ ਸਤਲੁਜ ਪੂਰਾ ਭਰ ਕੇ ਚੱਲਦਾ ਪਿਆ ਇਸ ਟਾਈਮ ਉਹਨੂੰ ਵਧੀਆ ਹੋ ਜਾਣਾ ਪਿਕਨਿਕ ਮਨਾਉਣ ਆ ਜਾਣਾ ਖਾਣ ਪੀਣ ਨੂੰ ਕਾਫੀ ਸਮਾਨ ਲੈ ਕੇ ਆਵੇ ਅਤੇ ਇੱਥੇ ਵਧੀਆ ਵਿਊ ਬਹੁਤ ਘੈਂਟ ਹੁੰਦਾ ਸ਼ਾਮ ਨੂੰ ਜਿੱਦਾਂ ਮੀਂਹ ਮੂੰਹ ਪੈਕੇਟ ਆਵੇ ਨਹੀਂ ਤਾਂ ਗਰਮੀ ਬਹੁਤ ਹੁੰਦੀ ਆ। ਸਾਹਮਣੇ ਸਨਸੈੱਟ ਹੋਣਾ ਵਾ ਹੁਣ ਅਤੇ ਥੋੜ੍ਹਾ ਜਿਹਾ ਸਨ ਬੱਦਲਾਂ ਦੇ ਵਿੱਚ ਚੱਲ ਗਿਆ ਦੁਬਾਰੇ ਫਿਰ ਬੱਦਲ ਹੋ ਗਏ ਨੇ ਇੱਧਰ ਅਤੇ ਇੱਧਰ ਬੱਦਲ ਸਾਫ਼ ਨੇ ਦੁਆਬੇ ਵਾਲੀ ਸਾਈਡ ਇਹ ਸਤਲੁਜ ਤੋਂ ਪਰੇ ਦੁਆਬਾ ਰਹਿ ਜਾਂਦਾ ਵਾ ਅਸੀਂ ਖੜ੍ਹੇ ਹਾਂ ਮਾਲ ਵਿੱਚ ਅਤੇ ਉਹ ਪਰੇ ਦੁਆਬਾ ਪਰੇ ਜਾ ਕੇ ਜਿਹੜੇ ਬੇੜੀ ਚਲਾਉਣਗੇ ਉੱਧਰਲਾ ਮੌਸਮ ਸਾਫ਼ ਆ ਅਤੇ ਆਹ ਸਾਡੇ ਵਾਲਾ ਮੌਸਮ ਫਿਰ ਐਨ ਪੂਰਾ ਬੱਦਲ ਚੜ੍ਹ ਕੇ ਆ ਗਿਆ ਵਾ ਅਤੇ ਦੇਖੋ ਕੀ ਬਣਦਾ ਰਾਤ ਨੂੰ ਉਹ ਸਾਹਮਣੇ ਸਨਸੈੱਟ ਹੋ ਜੂਗਾ ਅਤੇ ਚੱਲਦੇ ਹਾਂ ਬਸ ਥੋੜ੍ਹਾ 10-15 ਮਿੰਟ ਬੈਠ ਕੇ ਦੇਖ ਕੇ ਕਿਉਂਕਿ ਇੱਥੇ ਵਧੀਆ ਲੱਗਦਾ ਕਿ ਜਦੋਂ ਵੀ ਮੈਂ ਸ਼ਾਂਤੀ ਜਿਹੀ ਹੁੰਦੀ ਆ ਸਿਮਰ ਕਰੀ ਜਾਂਦਾ ਇਹ ਜਗਾੜੂ ਬਰਨਾਲਾ ਤੈਨੂੰ ਇਹ ਵਿਚਾਰ ਕਿੱਥੋਂ ਆਇਆ ਬਈ ਵੀ ਇੱਥੇ ਪਾਣੀ ਹੋ ਸਕਦਾ ਵਾ ਨਹੀਂ ਇਹ ਤਾਂ ਖੁੱਲ੍ਹਾ ਕੀ ਚੋਰਿਆ ਹੈ ਉਹ ਤੇਰੀ ਨੂੰ ਵਾਟਰਫਾਲ ਬਣ ਗਿਆ ਤਾਂ ਬਾਬਿਓ ਨਵਾਂ ਵਾਟਰਫਾਲ ਆ ਇਹ ਹੰਬੜਾਂ ਦੇ ਵਿੱਚ ਜੇ ਕਿਸੇ ਨੇ ਦੇਖਣਾ ਹੋਵੇ ਤਾਂ ਜ਼ਰੂਰ ਇੱਥੇ ਸਿਮਰਨ ਕੇ ਘਰਾਂ ਮੂਹਰੇ ਆ ਜਾਇਓ ਲੜਕੜੇ ਹੁਣੀ ਐਟਮ ਲੱਗ ਗਈ ਅਤੇ ਅਸੀਂ ਚੱਲੇ ਸੀਗੇ ਪਿੰਜਰਾ ਛੱਡਣ ਹਸਕੀ ਦਾ ਛੋਟਾ ਪਿੰਜਰਾ ਛੱਡਣ ਚੱਲੇ ਸੀ ਅਤੇ ਵੱਡਾ ਲੈ ਕੇ ਆਉਣਾ ਸੀਗਾ ਅਤੇ ਸਿਮਰਨ ਨੇ ਸਿਮਰਨ ਨੂੰ ਆਇਆ ਫੋਨ ਬਾਬਾ ਜੀ ਦਾ ਇਹਨੇ ਪਤਾ ਨਹੀਂ ਕਿਸ ਹਿਸਾਬ ਨਾਲ ਕੱਢਿਆ ਫੋਨ ਸਾਰਾ ਹੀ ਸਾਰਾ ਡੈਮੇਜ ਡੈਮੇਜ ਨਹੀਂ ਹੋਇਆ ਬਚ ਗਿਆ ਯਾਨੀ ਕਿ ਵੀ ਕਿਸਮਤ ਚੰਗੀ ਸੀਗੀ ਬਚ ਗਿਆ ਬਾਬੇ ਬਚ ਗਿਆ ਸਿਮਰਨ ਪਰ ਨੇ ਦੇਖ ਲਓ ਇੱਥੇ ਆ ਗਏ ਨੇ ਫਿਰ ਆਈਫੋਨ ਦੇ ਚੱਕਰਾਂ 'ਚ ਆਲ ਵਰਲਡ ਦੀ ਕਮਾਈ ਅਸੀਂ ਲਾਈ ਬੈਠਾ ਮੇਰੇ ਵੀਰੋ ਲੱਕ ਨਾਲ ਲਿਖਿਆ ਖੜਾ ਲੱਭ ਬਚ ਗਿਆ ਯਾਨੀ ਕਿ ਆਈਫੋਨ ਸੀਗਾ ਜਿਹੜਾ ਡਿੱਗਿਆ ਉਹ ਥੱਲੇ ਜੇ ਟੁੱਟਿਆ ਤਾਂ ਛਿੱਤਰਾਂ ਨੂੰ ਥਾਂ ਹੋ ਗਏ ਸਿਮਰਨ ਛਿੱਤਰਾਂ ਨੂੰ ਥਾਂ ਆ ਗਈ ਭਰਾਵਾ ਮੈਂ ਲਾਹੌਰ ਟੱਪ ਚੱਲਿਆ ਮਿੰਟ ਵਿੱਚੋਂ ਫੋਨ ਲਾ ਲੈਣਾ। ਹਾਂਜੀ ਬਾਬੇ ਟਾਈਮ ਹੋ ਗਿਆ 9 ਵੱਜ ਗਏ ਅਤੇ ਘਰੇ ਆ ਗਏ ਸੀ ਥੱਕ ਜ਼ਿਆਦਾ ਗਏ ਹਾਂ ਅੱਜ ਇੱਕ ਪਿੰਜਰ ਵਾਲੇ ਕਹਿੰਦਾ ਹਸਕੀ ਦਾ ਵੱਡਾ ਭਾਰਾ ਹੀ ਬਹੁਤ ਸੀ ਉਹ ਅਤੇ ਚੱਕ ਕੇ ਛੋਟਾ ਪਿੰਜਰਾ ਦੇ ਜਾਂਦਾ ਅਤੇ ਵੱਡਾ ਲੈਂਦਾ ਕਿਉਂਕਿ ਪਹਿਲਾਂ ਇਹ ਛੋਟਾ ਸੀਗਾ ਅਤੇ ਛੋਟੇ 'ਚ ਐਡਜਸਟ ਹੋ ਜਾਂਦੇ ਹੁਣ ਇਹ ਐਡਜਸਟ ਨਹੀਂ ਹੁੰਦਾ ਜਦੋਂ ਮੀਂਹ ਘਣੀ ਆਉਂਦੀ ਆ ਉਦੋਂ ਫਿਰ ਇਹਦੇ ਬੱਚ ਛਿੜ ਆਉਂਦੀ ਹੈ ਅਤੇ ਵੱਡਾ ਵੀਡੀਓ ਨੂੰ ਸ਼ੇਅਰ ਕਰਦੇ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਹੋਪਸ ਸਾਰਿਆਂ ਨੂੰ ਵਧੀਆ ਲੱਗੀ ਹੋ ਅਤੇ ਇੱਦਾਂ ਹੀ ਹੁਣ ਆਪਾਂ ਰੈਗੂਲਰ ਵਲੋਗਿੰਗ ਕਰਿਆ ਕਰਾਂਗੇ ਜਿੰਨੀ ਵੀ ਹੋ ਸਕੇ ਕਰੋ ਟਰੈਵਲਿੰਗ ਵਲੋਗ ਜ਼ਿਆਦਾ ਕਰਿਆ ਕਰਨਾ ਕਿਉਂਕਿ ਮੈਨੂੰ ਵੀ ਬਹੁਤ ਪਸੰਦ ਆ ਟਰੈਵਲਿੰਗ ਅਤੇ ਆਪਾਂ ਤੁਹਾਨੂੰ ਵੀ ਸਾਰੀਆਂ ਜਿੱਥੇ ਜਿੱਥੇ ਜਾਇਆ ਕਰਾਂਗੇ ਦੱਸਿਆ ਕਰਾਂਗੇ ਅਤੇ ਹੋਪ ਕਰਦੇ ਹਾਂ ਸਾਰਿਆਂ ਨੂੰ ਵੀਡੀਓ ਵਧੀਆ ਲੱਗਿਆ ਕਰੋ ਅਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਦੱਸੋ।